जैसा तू ही जैसा तू जैसा तू ही क्या उपमा दीजे, क्या उपमा दीजे। जैसा तू ही क्या उपमा दीजे, जैसा तू ही क्या उपमा दीजे। दर्द देख सबको हंसे, दर्द देख सबको हंसे, ऐसी दशा हमारी, ऐसी दशा हमारी। अष्ट दशा सिद्ध कर तले, अष्ट दशा सिद्ध कर तले, सब कृपा तुम्हारी, सब कृपा तुम्हारी। जैसा तू ही जैसा तू ही क्या उपमा दीजे, क्या उपमा दीजे। जैसा तू ही जानत मैं किछ नहीं, पव खंडन राम तू जानत मैं किछ नहीं,
अब खंडन राम। सगल जी शरणागति, सगल जी शरणागति, प्रभु पूरन काम, प्रभु पूरन काम, प्रभु पूरन काम, प्रभु पूरन काम। जैसा तू तैसा तू ही, जैसा तू तैसा तू ही, क्या उपमा दी जाए, क्या उपमा दीजे। जैसा तू तैसा तू ही, क्या उपमा दीजे। जो तिन नाही पार, जो तेरी शरणागता तिन नाही पार। ऊंच नीच तुम तेतर आलज संसार, जो तेरी शरणागता तिन नाही पार, तिन नाही पार। ऊंच नीच तुम ते तरे ऊंच तरे आलज संसार, आलज संसार, आलज संसार, आलज संसार। जैसा तू तैसा तू ही, जैसा तू तैसा तू ही, क्या कथा, अकथ कथा बहुत।
ਕਥਾ ਬਹੁ ਕਾਹੇ ਕਰੀ ਜੈ ਗਹਿਰ ਵਿਦਾਸ ਗਹਿਰ ਵਿਦਾਸ ਗਹਿਰ ਵਿਦਾਸ ਗਹਿਰ ਵਿਦਾਸ ਅਕਥ ਰਵਿਦਾਸ ਕਹਿ ਰਵਿਦਾਸ ਕਹਿ ਰਵਿਦਾਸ ਅਕਥ ਕਥਾ ਕਹਿ ਰਵਿਦਾਸ ਅਕਥ ਕਥਾ ਬਹੁ ਕਾਹੇ ਕਰੀ ਜੈ ਬਹੁ ਕਾਹੇ ਕਰੀ ਬੋਕਾਏ ਕਰੀ ਜੈ ਬੋਕਾਏ ਕਰੀ ਜੈ ਜੈਸਾ ਤੂੰ ਤੈਸਾ ਤੂੰ ਹੀ ਜੈਸਾ ਤੈਸਾ ਤੂੰ ਹੀ ਤੁਧ ਤੇ ਆਇਨ ਬੇਦ ਕਤੇ ਬਾਸਨ ਖੜੇ ਤੈਸਾ ਤੂੰ ਹੀ ਗਣਤੀ ਗਣੀ ਨਾ ਜਾਈ ਤੇਰੇ ਦਰ ਪੜੇ ਤੈਸਾ ਤੂੰ ਹੀ ਬ੍ਰਹਮੇ ਤੁਧ ਤੇ ਆਇਨ ਇੰਦਰ ਇੰਦਰਾਸਣਾ ਸ਼ੰਕਰ ਬਿਸਨ ਅਵਤਾਰ ਹਰ ਜਸ ਮੁਖ ਪਣਾ ਪੀਰ ਪੈਕਾਂਬਰ ਸੇਖ ਮਸਾਇਕ ਓ ਅਲੀਏ ਓ ਤੁਪੋਤ ਨਿਰੰਕਾਰ ਖਟ ਖਟ ਮੌਲੀਏ ਜੈਸਾ
ਕਹਾਂ ਹੋਗੀਆਂ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਤੇਰੀ ਕਵਨ ਵਡਾਈ ਜੈਸਾ ਤੂੰ ਤੈਸਾ ਤੂੰ ਹੀ ਤੂੰ ਹੀ ਜੈਸਾ ਤੂੰ ਤੈਸਾ ਤੂੰ ਹੀ ਤੈਸਾ ਤੂੰ ਹੀ ਨਾ ਤੂੰ ਆਵੇਂ ਬਸ ਬਹੁਤ ਕਿਨਾਵਣੇ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਨਾਈਏ ਨਾ ਤੂੰ ਆਵੇਂ ਬਸ ਧਰਤੀ ਧਾਈਐ ਨਾ ਤੂੰ ਆਵੇਂ ਬਸ ਕਿਤੇ ਸਿਆਣ ਪੈ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਅਗਮ ਅਗੋਚਰ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਜੈਸਾ ਤੂੰ ਤੈਸਾ ਤੂੰ ਹੀ ਜੈਸਾ ਤੂੰ ਤੈਸਾ ਤੂੰ ਹੀ ਤੂੰ ਹੀ ਜੈਸਾ ਤੈਸਾ ਤੂੰ ਹੀ ਕਤਹੁ ਸੁਚੇਤ ਹੋਇ ਕੈ ਚੇਤਨਾ ਕੋ ਚਾਰ ਕੀਓ ਕਤਹੁ ਅਚਿੰਤ ਹੋਇ ਕੈ ਸੋਵਤ ਅਚੇਤ ਹੋ ਕਤਹੁ ਭਿਖਾਰੀ ਹੋਇ ਕੈ ਮੰਗਤ ਫਿਰਤ ਭੀਖ ਕਹੁ ਮਾਦਾਨੀ ਹੋਇ ਕੈ ਮੰਗਿਓ ਧਨ ਦੇਤ ਹੋ ਕਹੁ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੁ ਮਹਾਰਾਜਨ ਤੇ ਚੀਨ ਚਿਤ ਲੇ ਕਹੁ ਬੇਦਰੀਤ ਕਹੁ ਤਾਸੁ ਵਿਪਰੀਤ ਕਹੁ ਤ੍ਰਿਗੁਣ ਅਤੀਤ ਕਹੁ ਸਰਗੁਣ ਸਮੇਤ ਹੋ ਜੈਸਾ ਤੂੰ ਤੈਸਾ ਆਰਜਾ ਪਵਨ ਪੀਅਨ ਅਪਿਆ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੈ ਤਮਾਰ ਕੁੱਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ
ਅੱਗੀ ਸੇਤੀ ਜਾ ਲਿਆ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਵੱਡ ਪੰਖੀ ਹੋਇ ਕੇ ਜੇ ਪਵਾਂ ਸਹਿ ਅਸਮਾਨੇ ਜਾਉ ਨਦਰੀ ਕਿਸੇ ਨਾ ਆਵਉ ਨਾ ਕਿਛ ਪੀਆ ਨਾ ਖਾਉ ਪੀ ਤੇਰੀ ਕੀਮਤ ਨਾ ਪਵੇ ਹੋਕੇ ਵੱਡ ਨਾਨਕ ਕਾਗਦ ਲਖਮਣਾ ਪੜ ਪੜ ਕੀ ਚੈ ਪਾਓ ਮਸੂ ਤੋਟ ਨਾ ਆਵਈ ਲੇਖਣ ਪਵਨ ਚਲਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇ ਵੱਡ ਆਖਾਨਾ ਜੈਸਾ ਤੂੰ ਤੈਸਾ ਬਾਣੀ ਰਵਿਦਾਸ ਭਗਤ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਸਿਰਲੇਖ ਹੇਠ ਰਵਿਦਾਸ ਜੀ ਆਪਣੀ ਅਵਸਥਾ ਦਾ ਜ਼ਿਕਰ ਕਰਦੇ ਹਨ। ਦਾਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲੇ ਸਭ ਕਿਰਪਾ ਤੁਮਹਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵਖੰਡਨ ਰਾਮ। ਸਗਲ ਜੀ ਸਰਨਾਗਤੀ ਪ੍ਰਭੂਰਨ ਕਾਮ ਰਹਾਉ ਦੀ ਪੰਕਤੀ ਹੈ। ਰਵਿਦਾਸ ਜੀ ਕਹਿੰਦੇ ਪ੍ਰਭੂ ਤੂੰ ਕਿਰਪਾ ਕੀਤੀ ਮੈਨੂੰ ਨੌ ਨਿਧੀਆਂ 18 ਸਿੱਧੀਆਂ ਮੈਨੂੰ ਘਰ ਵਿੱਚ ਹੀ ਤੂੰ ਪ੍ਰਗਟ ਕਰਾ ਦਿੱਤੀਆਂ ਪਰ ਤੇਰੀ ਬਖਸ਼ਿਸ਼ ਜਦੋਂ ਨਹੀਂ ਹੋਈ ਸੀ ਮੇਰਾ ਕੀ ਹਾਲ ਸੀ? ਦਾਰਦ ਗਰੀਬੀ ਦਲਿੱਦਰ ਮੇਰੀ ਇਹ ਦਸ਼ਾ ਸੀ। ਸਾਰੇ ਮੇਰੀ ਹਾਲਤ ਵੇਖ ਕੇ ਨਾ ਹੱਸਦੇ ਸੀ, ਮੈਨੂੰ ਟਾਂਟ ਕਰਦੇ ਸੀ, ਮੇਰੇ ਨਾਲ ਝੇੜਾਂ ਕਰਦੇ ਸੀ, ਮੇਰਾ ਮਜ਼ਾਕ ਉਡਾਉਂਦੇ ਸੀ। ਦਾਰਦ ਦੇਖ ਸਭ ਕੋ ਹੱਸੈ, ਸਾਰੇ ਹੱਸਦੇ ਸੀ ਮੇਰੀ ਗਰੀਬੀ, ਮੇਰੀ ਦਲਿੱਦਰੀ, ਮੇਰੀ ਮੁਫਲਸੀ, ਮੇਰੀ ਗਰੀਬ ਖਸਤਾ ਹਾਲਤ ਨੂੰ ਵੇਖ ਕੇ ਸਾਰੇ ਹੱਸਦੇ ਸੀ, ਮਜ਼ਾਕ ਕਰਦੇ ਸੀ। ਭਗਤ ਰਵਿਦਾਸ ਜੀ ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ, ਇਹ ਮੇਰੀ ਦਸ਼ਾ ਸੀ। ਪਰ ਹੇ ਪ੍ਰਭੂ ਜਦ ਤੂੰ ਕਿਰਪਾ ਕੀਤੀ ਨਾ ਕੀ ਕੀਤਾ? ਅਸ਼ਟ ਦਸਾ ਸਿੱਧ ਕਰ ਤਲੈ, ਕਰ ਮੈਨੇ ਹੱਥ, ਹੱਥ ਦੀ ਤਲੀ ਪਾਮ, ਇਸ ਪਾਮ ਦੇ ਉੱਤੇ ਇਸ ਹੱਥ ਦੀ ਤਲੀ ਦੇ ਉੱਤੇ ਕੀ ਰੱਖ ਦਿੱਤਾ? 10 ਅਤੇ 8 18 ਸਿੱਧੀਆਂ ਤੂੰ ਮੇਰੀ ਹੱਥ ਦੀ ਤਲੀ 'ਤੇ ਰੱਖ ਦਿੱਤੀਆਂ, ਤੂੰ ਕਿਰਪਾ ਕੀਤੀ। ਅਸ਼ਟ ਦਸਾ 8 ਅਤੇ 10 18 ਖੱਟ ਹੁੰਦਾ 6, ਅਸ਼ਟ ਹੁੰਦਾ 8। ਅਸ਼ਟਪਦੀ ਆਉਂਦੀ ਨਾ ਸੁਖਮਨੀ ਸਾਹਿਬ ਜੀ ਦੀ, ਅਸ਼ਟ ਦਸਾ 8 ਅਤੇ 10 18 ਸਿੱਧ ਸਿੱਧੀਆਂ ਕਰ ਹੱਥ ਤਲੇ ਹੱਥ ਦੀ ਤਲੀ ਦੇ ਉੱਪਰ ਤੂੰ ਬਖਸ਼ਿਸ਼ ਕਰਕੇ ਮੇਰੀ ਹੱਥ ਦੀ ਤਲੀ ਉੱਪਰ ਰੱਖ ਦਿੱਤੀਆਂ ਹਨ।
ਸਭ ਕਿਰਪਾ ਤੁਹਾਡੀ, ਇਹ ਸਭ ਤੇਰੀ ਕਿਰਪਾ ਹੈ ਪ੍ਰਭੂ। ਅੱਗੇ ਵੇਖੋ ਕੀ ਕਹਿੰਦੇ ਹਨ, ਤੂੰ ਜਾਣਤ, ਤੂੰ ਜਾਣਦਾ ਹੈ, ਭਲੀ ਭਾਂਤੀ ਸਮਝਦਾ ਹੈ, ਮੈਂ ਕਿਛ ਨਹੀਂ, ਮੇਰੇ ਪੱਲੇ ਕੁਛ ਵੀ ਨਹੀਂ, ਤੂੰ ਸਭ ਜਾਣਦਾ ਹੈ। ਤੂੰ ਜਾਣਤ, ਮੈਂ ਕਿਛ ਨਹੀਂ, ਭਵ ਖੰਡਨ ਰਾਮ, ਹੇ ਪ੍ਰਭੂ ਤੇਰੀ ਬਖਸ਼ਿਸ਼ ਹੈ। ਮੇਰੀ ਗਰੀਬੀ 'ਤੇ ਤਾਂ ਲੋਕ ਹੱਸਦੇ ਸੀ, ਮੇਰੀ ਹਾਲਤ ਗਰੀਬ ਹਾਲਤ ਨੂੰ ਵੇਖ ਕੇ ਲੋਕ ਹੱਸਦੇ ਸੀ, ਪਰ ਤੂੰ ਕਿਰਪਾ ਕਰਕੇ ਅੱਜ ਬਨਾਰਸ ਦਾ ਸਭ ਤੋਂ ਵੱਡਾ ਪੰਡਿਤ ਪੁਰੋਹਿਤ ਜੋ ਹੈ ਅੱਜ ਮੇਰੇ ਪੈਰਾਂ 'ਚ ਡਿੱਗਦਾ ਹੈ, ਤੇਰੀ ਕਿਰਪਾ ਹੈ। ਕਿੱਥੇ ਮੈਨੂੰ ਸ਼ੂਦਰ ਕਹਿੰਦੇ ਸੀ, ਸ਼ੂਦਰ, ਅਤੇ ਕਿੱਥੇ ਅੱਜ ਬਨਾਰਸ ਦਾ ਸਭ ਤੋਂ ਵੱਡਾ ਪੁਰੋਹਿਤ ਪੰਡਿਤ ਅੱਜ ਮੇਰੇ ਪੈਰਾਂ 'ਚ ਨਮਸਕਾਰ ਕਰ ਰਿਹਾ, ਇਹ ਤੇਰੀ ਕਿਰਪਾ ਹੈ। ਤੂੰ ਜਾਣਤ, ਤੈਨੂੰ ਪਤਾ ਹੈ, ਮੈਂ ਕਿਛ ਨਹੀਂ, ਭਵ ਖੰਡਨ ਰਾਮ। ਅਖੀਰ ਵਿੱਚ ਕਹਿੰਦੇ, ਕਹਿ ਰਵਿਦਾਸ ਅਕਥ ਕਥਾ। ਰਵਿਦਾਸ ਜੀ ਕਹਿੰਦੇ, ਇਹ ਉਹ ਕਥਾ ਹੈ ਜਿਹੜੀ ਅਕਥ ਹੈ। ਅਕਥ ਮਤਲਬ ਜਿਹੜੀ ਕਥੀ ਨਹੀਂ ਜਾ ਸਕਦੀ, ਐਕਸਪਲੇਨ ਨਹੀਂ ਕੀਤੀ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਰਵਿਦਾਸ ਜੀ ਕਹਿੰਦੇ, ਤੇਰੀ ਤਾਂ ਉਹ ਕਥਾ ਹੈ ਜਿਹੜੀ ਬਿਆਨ ਕੀਤੀ ਨਹੀਂ ਜਾ ਸਕਦੀ, ਕੋਈ ਕਰਨ ਦਾ ਜਿਤਨਾ ਮਰਜ਼ੀ ਯਤਨ ਕਰੇ। ਕਹਿ ਰਵਿਦਾਸ ਅਕਥ ਕਥਾ ਬਹੁ ਕਾਹੇ ਕਰੀ ਜੈ, ਜੋ ਮਰਜ਼ੀ ਕੋਈ ਕਰ ਲਵੇ ਤੇਰੀ ਕਥਾ ਬਿਆਨ ਹੀ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਜਿਹੋ ਜਿਹਾ ਤੂੰ ਹੈ ਨਾ, ਬਸ ਉਹੋ ਜਿਹਾ ਤੂੰ ਹੀ ਹੈ, ਹੋਰ ਕੋਈ ਨਹੀਂ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜਾ, ਮੈਂ ਕੀ ਐਗਜ਼ਾਮਪਲ ਦੇਵਾਂ, ਕੀ ਸਿਮਲੀ ਦੇਵਾਂ, ਕਿਸ ਦੇ ਨਾਲ ਮੈਂ ਤੋਲ ਤੁਕਾਂਤ ਕਰਕੇ ਦੱਸਾਂ ਵੀ ਫਲਾਣਾ ਬੰਦਾ ਫਲਾਣੇ ਵਰਗਾ ਹੈ। ਅਸੀਂ ਕਹਿ ਦੇਈਦਾ ਇਹ ਤਾਂ ਬਿਲਕੁਲ ਉਹਦੇ ਵਰਗਾ ਹੈ, ਅਤੇ ਸਵਾਲ ਪੈਦਾ ਹੋਏਗਾ ਕਿਹਦੇ ਵਰਗਾ ਹੈ, ਵੀ ਫਲਾਣੇ ਵਰਗਾ ਹੈ, ਇਹ ਚੀਜ਼ ਬਿਲਕੁਲ ਭਿੰਨ ਭਿੰਨ ਉਹਦੇ ਵਰਗੀ ਹੈ। ਫਿਰ ਪੁੱਛੀਏ ਕਿਹਦੇ ਵਰਗੀ ਹੈ? ਰਵਿਦਾਸ ਜੀ ਕਹਿੰਦੇ, ਨਹੀਂ, ਜਿਹੋ ਜਿਹਾ ਤੂੰ ਹੈ ਨਾ, ਬਸ ਤੂੰ ਹੀ ਹੈ, ਹੋਰ ਕੋਈ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦਿੱਤੀ, ਮੈਂ ਕੀ ਉਪਮਾ ਦੇਵਾਂ, ਕੀ ਸਿਫਤ ਕਰਾਂ, ਕੀ ਕਿਸ ਦੇ ਬਾਰੇ ਕਹਾਂ, ਕੀ ਦੱਸਾਂ ਵੀ ਤੂੰ ਇਹੋ ਜਿਹਾ ਹੈ। ਨਹੀਂ ਤਾਂ ਕੋਈ ਕਹੇਗਾ ਨਾ, ਪਰਮਾਤਮਾ ਨੂੰ ਕਿਸੇ ਨੇ ਵੇਖਿਆ ਨਹੀਂ, ਅਤੇ ਸਵਾਲ ਕਰਦੇ ਨੇ ਕਿਹੋ ਜਿਹਾ ਹੈ ਪਰਮਾਤਮਾ। ਕੋਈ ਕਹਿੰਦਾ ਇਹੋ ਜਿਹਾ ਹੈ, ਕੋਈ ਕਹਿੰਦਾ ਖੀਰ ਸਮੁੰਦਰ ਦੇ ਵਿੱਚ ਹੈ, ਲਕਸ਼ਮੀ ਪੈਰ ਝਸਦੀ ਪਈ ਹੈ, ਪਰਮਾਤਮਾ ਉੱਥੇ ਬੈਠਾ ਹੈ। ਕੋਈ ਕਹਿੰਦਾ ਸੱਤ ਅਰਸ਼ਾਂ ਦੇ ਉੱਪਰ ਚੜ੍ਹ ਕੇ ਅਰਸ਼ੇ ਮੁਲਾ ਹੈ, ਉੱਥੇ ਸੋਨੇ ਦੀ ਕੁਰਸੀ ਹੈ, ਉੱਥੇ ਕੁਰਸੀ ਡਾ ਕੇ ਬੈਠਾ ਹੈ। ਅਤੇ ਇਹ ਸਮਝ ਲਓ ਐਕਸਪਲੇਨ ਹੋ ਗਿਆ। ਉਹ ਕਹਿੰਦੇ ਐਕਸਪਲੇਨ ਤਾਂ ਉਹ ਹੋਵੇ ਜੋ ਕਿਹਾ ਜਾ ਸਕੇ, ਜੋ ਕਿਹਾ ਹੀ ਨਹੀਂ ਜਾ ਸਕਦਾ ਉਹ ਐਕਸਪਲੇਨ ਕਿੱਥੋਂ ਹੋਏਗਾ। ਕਹੋ ਰਵਿਦਾਸ ਅਕਥ ਕਥਾ ਬਹੁ ਕਾਹੇ ਕਰੀ ਜੇ, ਕੀ ਕਰੀਏ। ਉਹ ਕਥਾ ਹੈ ਜਿਹੜੀ ਅਕਥ ਹੈ, ਜਿਹੜੀ ਕਥੀ ਹੀ ਨਹੀਂ ਜਾ ਸਕਦੀ। ਕਾਹੇ ਕਰੀ ਜੈ, ਜੈਸਾ ਤੂੰ ਤੈਸਾ ਤੂੰ ਹੀ, ਬਸ ਤੂੰ ਹੀ ਹੈ, ਕਿਆ ਉਪਮਾ ਦੀ ਜੈ, ਕੀ ਦੱਸੀਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਪ੍ਰਭੂ ਤੂੰ ਬਹੁਤ ਵੱਡਾ ਬਾਜ਼ੀਗਰ ਹੈ, ਤੂੰ ਬਹੁਤ ਵੱਡਾ ਮਾਸਟਰ ਹੈ, ਤੂੰ ਖਿਡਾਰੀ ਹੈ, ਅਲੱਗ ਅਲੱਗ ਰੂਪ ਦਿਖਾ ਕੇ ਆਉਂਦਾ ਹੈ ਸਾਡੇ ਵਿੱਚ, ਸਾਨੂੰ ਭੁਲੇਖਾ ਪਾ ਦਿੰਦਾ ਹੈ, ਪਰ ਮੈਂ ਤੈਨੂੰ ਵੇਖ ਲਿਆ ਹੈ। ਮੈਂ ਬਾਹਰ ਨਿਕਲਦਾ ਹਾਂ, ਮੈਂ ਦੇਖਦਾ ਹਾਂ ਕਈ ਤਾਂ ਇਹੋ ਜਿਹੇ ਪ੍ਰਾਣੀ ਹਨ ਜਿਹੜੇ ਆਪ ਜਾਗ ਗਏ ਹਨ, ਸੁਚੇਤ ਹੋ ਗਏ ਹਨ, ਸੁਚੇਤ, ਅਤੇ ਜਿਹੜੇ ਆਪ ਸੁਚੇਤ ਹੋ ਗਏ ਦੂਜਿਆਂ ਨੂੰ ਵੀ ਸੁਚੇਤ ਕਰ ਰਹੇ ਹਨ। ਆਪ ਜੋ ਸੁਚੇਤ ਹੋ ਗਏ, ਆਪ ਮੁਕਤ,
ਮੁਕਤ ਕਰੇ ਸੰਸਾਰ, ਆਪ ਤਰੇ ਸਗਲੇ ਕੁਲ ਤਾਰੇ। ਆਪ ਪਹਿਲੇ ਆਪ ਹੋਏ ਫਿਰ ਦੂਜਿਆਂ ਨੂੰ ਕਰ ਰਹੇ। ਮੈਂ ਵੇਖਦਾ ਹਾਂ ਕਈ ਸੁਚੇਤ ਹੋ ਗਏ ਹਨ ਅਤੇ ਆਪ ਸੁਚੇਤ ਹੋਏ ਹਨ ਅਤੇ ਦੂਜਿਆਂ ਨੂੰ ਵੀ ਸੁਚੇਤ ਕਰ ਰਹੇ ਹਨ। ਉਹਨਾਂ ਵਿੱਚ ਵੀ ਤੂੰ ਹੈ। ਅਸੀਂ ਕੋਈ ਸੰਸਾਰ 'ਚ ਚੰਗਾ ਕੰਮ ਹੋ ਰਿਹਾ ਹੋਵੇ ਅਸੀਂ ਪਰਮਾਤਮਾ ਨਾਲ ਜੋੜ ਦਿੰਦੇ ਹਾਂ, ਮਾੜਾ ਹੋਇਆ ਹੋਵੇ ਅਸੀਂ ਸ਼ੈਤਾਨ ਨਾਲ ਜੋੜ ਦਿੰਦੇ ਹਾਂ ਕਿ ਸ਼ੈਤਾਨ ਪਰਮਾਤਮਾ ਦਾ ਬਣਾਇਆ ਨਹੀਂ, ਉਹ ਵੀ ਉਹਦਾ ਹੀ ਬਣਾਇਆ ਹੈ। ਅਤੇ ਚੰਗਾ ਮਾੜਾ ਜੋ ਵੀ ਹੋ ਰਿਹਾ ਹੈ ਇਹ ਸਭ ਉਹੀ ਕਰ ਰਿਹਾ ਹੈ, ਇਹ ਦ੍ਰਿਸ਼ਟੀ ਹੈ, ਦ੍ਰਿਸ਼ਟੀ। ਕਿਉਂਕਿ ਜਦ ਅਸੀਂ ਕਹਿੰਦੇ ਹਾਂ ਉਹਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲ ਸਕਦਾ, ਅਸੀਂ ਕਹਿੰਦੇ ਹਾਂ ਉਸ ਤੋਂ ਬਣਾਈ ਹੋਈ ਵਸਤੂ ਹੋਰ ਕੇ ਬਾਹਰ ਦੀ ਹੈ ਹੀ ਨਹੀਂ, ਅਤੇ ਜੋ ਕੁਝ ਅੰਦਰ ਹੈ ਚੰਗਾ ਹੈ ਮਾੜਾ ਉਹਦਾ ਹੀ ਹੈ। ਅਸੀਂ ਨਹੀਂ ਕਹਿੰਦੇ ਅਰਦਾਸ ਵਿੱਚ ਪ੍ਰਭੂ ਚੰਗੇ ਹਾਂ ਮਾੜੇ ਹਾਂ ਤੇਰੇ ਹੀ ਹਾਂ, ਅਤੇ ਪ੍ਰਭੂ ਕਹੇਗਾ ਮਾੜੇ ਤਾਂ ਮੇਰੇ ਹੈ ਨਹੀਂ, ਨਹੀਂ ਉਹਦੇ ਹੀ ਹਾਂ। ਇਹ ਤਾਂ ਜਦੋਂ ਪ੍ਰਭੂ ਆਪ ਹੀ ਕੰਨ ਫੜ ਕੇ ਸਮਝਾ ਦੇਵੇ ਤਾਂ ਬੰਦਾ ਸਮਝ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਹੜੇ ਸੁਚੇਤ ਹੋ ਗਏ ਹੋਰ ਲੋਕਾਈ ਨੂੰ ਵੀ ਸੁਚੇਤ ਕਰ ਰਹੇ ਹਨ, ਪ੍ਰਭੂ ਤੂੰ ਉਹਨਾਂ ਵਿੱਚ ਹੈ। ਪਰ ਮੈਂ ਉਹ ਵੀ ਵੇਖਦਾ ਹਾਂ ਜਿਹੜੇ ਸੁੱਤੇ ਪਏ ਹਨ, ਗਫਲਤ ਹਨ, ਗਫਲਤ ਦੀ ਨੀਂਦ ਵਿੱਚ ਆਪ ਵੀ ਸੁੱਤੇ ਹਨ ਅਤੇ ਦੂਜਿਆਂ ਨਾਲ ਵੀ ਕਿਰਾਏ ਪਾ ਰਹੇ ਹਨ, ਉਹਨਾਂ ਵਿੱਚ ਵੀ ਤੂੰ ਹੀ ਹੈ, ਹੋਰ ਉਹਨਾਂ 'ਚ ਕੌਣ ਹੈ? ਜਦ ਸਭ ਦੇ ਵਿੱਚ ਪਰਮਾਤਮਾ ਦਾ ਹੀ ਅੰਸ਼ ਹੈ ਤਾਂ ਮਾੜੇ ਬੰਦੇ 'ਚ ਫਿਰ ਕਿਹਦੀ ਅੰਸ਼ ਹੋਈ? ਅਸੀਂ ਕਹਾਂਗੇ ਸ਼ੈਤਾਨ ਦੀ, ਅਤੇ ਸ਼ੈਤਾਨ ਕਿਹਨੇ ਬਣਾਇਆ ਹੈ? ਉਹ ਨਹੀਂ। ਕਿਉਂ? ਕਿਉਂਕਿ ਮਹਾਂ ਇਹ ਜੋ ਪਰਮਾਤਮਾ ਹੈ ਮਹਾਮਾਈ ਤਿਸ ਕੀ ਹੈ ਛਾਇਆ, ਹੈ ਕੀ ਹੈ? ਜਿਹੜੀ ਮਾਇਆ ਵੀ ਹੈ ਇਹ ਵੀ ਤਾਂ ਉਹਨੇ ਬਣਾਈ ਹੈ, ਉਹਦੇ ਵਿੱਚ ਅਸੀਂ ਫਸ ਜਾਂਦੇ ਹਾਂ, ਪਰ ਬਣਾਈ ਤਾਂ ਉਹਨੇ ਹੈ ਨਾ। ਜਿਹੜੇ ਸੁਚੇਤ ਹੋ ਗਏ ਉਹਨਾਂ ਵਿੱਚ ਵੀ ਤੂੰ, ਜਿਹੜੇ ਅਚੇਤ ਹਨ ਉਹਨਾਂ ਵਿੱਚ ਵੀ ਤੂੰ ਹੈ, ਤੂੰ ਸਾਰੇ ਪਾਸੇ ਤੂੰ ਹੀ ਹੈ, ਤੇਰੇ ਬਿਨਾਂ ਕੋਈ ਹੋ ਹੈ ਹੀ ਨਹੀਂ। ਫਿਰ ਮੈਂ ਬਾਹਰ ਨਿਕਲਦਾ ਹਾਂ ਭਿਖਾਰੀ ਭੀਖ ਮੰਗ ਰਹੇ ਹਨ, ਪ੍ਰਭੂ ਤੂੰ ਉਹਨਾਂ ਵਿੱਚ ਵੜ ਕੇ ਭੀਖ ਮੰਗ ਰਿਹਾ ਹੈ। ਅਤੇ ਜਿੱਥੇ ਭਿਖਾਰੀ ਹਨ ਉੱਥੇ ਭਿਖਾਰੀ ਨੂੰ ਦਾਨ ਦੇਣ ਵਾਲਾ ਦਾਨੀ ਵੀ ਹੈ, ਹਾਂ ਦਾਨ ਵਿਲ ਦੇਣ ਵਾਲਾ ਦਾਨੀ ਵੀ ਤੂੰ ਹੀ ਹੈ, ਭੀਖ ਵੀ ਤੂੰ ਮੰਗ ਰਿਹਾ ਹੈ, ਦਾਨ ਵੀ ਤੂੰ ਦੇ ਰਿਹਾ ਹੈ। ਵੱਡੇ ਵੱਡੇ ਮਹਾਰਾਜੇ ਉਹਨਾਂ ਨੂੰ ਤੂੰ ਦਾਨ ਦਿੰਦਾ ਹੈ, ਅਤੇ ਜਦੋਂ ਹੰਕਾਰ ਕਰ ਲੈਂਦੇ ਹਨ ਉਹਨਾਂ ਦੇ ਪੈਰਾਂ ਥੱਲੋਂ ਤੂੰ ਜ਼ਮੀਨ ਵੀ ਖਿੱਚ ਲੈਂਦਾ ਹੈ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇ ਤੋ, ਉਹਨਾਂ ਪੈਰ ਥੱਲੋਂ ਜ਼ਮੀਨ ਵੀ ਤੂੰ ਖਿੱਚ ਲੈਂਦਾ ਹੈ। ਤੇਰੇ ਕਿਹੜੇ ਕਿਹੜੇ ਰੂਪ ਦਾ ਮੈਂ ਵਖਿਆਨ ਕਰਾਂ, ਸਾਰੇ ਤੇਰੇ ਰੂਪ ਹਨ। ਜੋ ਕੁਛ ਵੀ ਸੁਭਾਏਮਾਨ ਹੈ, ਜੋ ਕੁਝ ਵੀ ਦ੍ਰਿਸ਼ਟਮਾਨ ਹੈ, ਜੋ ਕੁਝ ਵੀ ਕਿਰਿਆਮਾਨ ਹੈ, ਪ੍ਰਭੂ ਤੂੰ ਹੀ ਹੈ। ਕਹੂੰ ਬੇਦਰੀਤ, ਕਹੂੰ ਤੰਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ, ਪ੍ਰਭੂ ਤੇਰਾ ਹੀ ਸਾਰਾ ਰੂਪ ਹੈ, ਇਹ ਸਾਰਾ ਪਸਾਰਾ ਹੀ ਤੇਰਾ ਹੈ। ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਹਾਂ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਸਾਰਿਆਂ ਦੇ ਚਿੱਤ ਵਿੱਚ ਤੂੰ ਵੱਸਦਾ ਹੈ। ਇਹ ਚੰਗੇ ਮਾੜੇ ਦੀ ਜ਼ਿਕਰ ਨਹੀਂ ਕੀਤੀ, ਜਦ ਸਾਰੇ ਕਹਿ ਦਿੱਤੇ ਤਾਂ ਫਿਰ ਸਾਰੇ ਹੀ ਆ ਗਏ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾ, ਆਪਣੀ ਨਜ਼ਰ ਹੇਠ ਰੱਖ ਕੇ ਤੂੰ ਆਪ ਉਹਨਾਂ ਨੂੰ ਚਲਾ ਰਿਹਾ ਹੈ। ਕੀ ਕਰਦਾ ਹੈ? ਆਪੇ ਦੇ ਵਡਿਆਈਆਂ, ਆਪ ਹੀ ਕਿਸੇ ਨੂੰ ਵਡਿਆਈ ਦੇ ਦਿੰਦਾ ਹੈ, ਆਪੇ ਹੀ ਕਰਮ ਕਰਾਏਂਦਾ। ਤੋ ਬੰਦਾ ਹੰਕਾਰ ਕਰ ਲੈਂਦਾ ਵੀ ਮੈਂ ਕੀਤਾ, ਨਹੀਂ ਤੂੰ ਵਡਿਆਈ ਦਿੱਤੀ ਹੈ ਉਹਨੂੰ, ਉਹਦੀ ਸੋਭਾ ਕਰਾ ਦਿੱਤੀ ਸੰਸਾਰ ਵਿੱਚ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ, ਨਦਰ ਉਪੱਠੀ ਜੇਕਰੇ ਸੁਲਤਾਨਾ
ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਜੈਸਾ ਤੂੰ ਤੈਸਾ ਤੂੰ, ਤੂੰ ਹੀ ਹੈ ਸਭ, ਤੂੰ ਹੀ ਹੈ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥਮੇ ਪਸਾਰਾ, ਤਬ ਏਕੈ ਏਕੰਕਾਰਾ, ਅਨਕ ਰੂਪ ਦ੍ਰਿਸ਼ਟੋ ਬਿਨਸਾਇਓ, ਕਤੈ ਗਏ ਉਹ ਕਤੇ ਆਇਓ, ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਨ ਭੇਖਿਓ ਬਹੁ ਰੰਗਾ। ਤੂੰ ਹੀ ਹੈ, ਤੇਰਾ ਹੀ ਰੂਪ ਹੈ ਹੇ ਪ੍ਰਭੂ, ਇਨਸਾਨ ਵੀ ਤੇਰੇ ਬਣਾਏ ਅਤੇ ਸ਼ੈਤਾਨ ਵੀ ਤੇਰੇ ਬਣਾਏ, ਤੂੰ ਹੀ ਹੈ, ਕਿਰਪਾ ਕਰ ਬਖਸ਼ਿਸ਼ ਕਰ, ਕਿਉਂਕਿ ਤੇਰੀ ਬਖਸ਼ਿਸ਼ ਹੀ ਹੋਈ ਹੈ ਮੇਰੀ ਗਰੀਬੀ 'ਤੇ। ਮੈਨੂੰ ਵੱਲ ਮੇਰੇ ਵੱਲ 'ਤੇ ਵੇਖ ਕੇ ਲੋਕ ਹੱਸਦੇ ਸੀ, ਪਰ ਤੂੰ ਕਿਰਪਾ ਕਰਕੇ ਜਿਹੜੀ ਰਿੱਧੀਆਂ ਸਿੱਧੀਆਂ ਪਿੱਛੇ ਦੁਨੀਆ ਭੱਜੀ ਫਿਰਦੀ, ਤੂੰ ਮੇਰੀ ਹੱਥ ਦੀ ਤਲੀ 'ਤੇ ਰੱਖ ਦਿੱਤੀਆਂ ਹਨ, ਪ੍ਰਭੂ ਤੇਰੀ ਕਿਰਪਾ ਹੋਈ ਹੈ। ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ, ਜੈਸਾ ਤੂੰ ਤੈਸਾ ਤੂੰ ਹੀ, ਜਿਹੋ ਜਿਹਾ ਤੂੰ ਹੈ ਨਾ ਬਸ ਤੂੰ ਹੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ, ਕੋਈ ਉਪਮਾ ਨਹੀਂ ਦੇ ਸਕਦੇ, ਜੈਸਾ ਤੂੰ ਤੈਸਾ ਤੂੰ ਹੀ। ਭੱਟਾ ਨੇ ਕਿਹਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ, ਭੱਟ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੀ ਉਪਮਾ ਤੁਸੀਂ, ਬਸ ਤੁਸੀਂ ਆਪ ਹੀ ਹੋ, ਤੁਹਾਡੇ ਵਰਗਾ ਹੋਰ ਕੋਈ ਨਹੀਂ, ਜੈਸਾ ਤੂੰ ਤੈਸਾ ਤੂੰ ਹੀ, ਜੈਸਾ ਤੂੰ ਤੈਸਾ ਤੂੰ ਹੀ। ਕਿਆ ਉਪਮਾ ਦੀਜੈ ਉਪਮਾ।